ਇਹ ਧਮਾਨ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਮਰਜੀਤ ਧਮਾਨ ਨਿੱਘਾ ਨਿੱਘਾ ਸਵਾਗਤ ਕਰਦਾ ਜੀ। ਸੋ ਅੱਜ ਅਸੀਂ ਇੱਥੇ ਮੌਜੂਦ ਹਾਂ ਜੋ ਬਰੇਤੀ ਵਾਲੀ ਮਾੜੀ ਕੁਰਾਲੀ ਸ਼ਹਿਰ ਦੇ ਵਿੱਚ ਗੁੱਗਾ ਮਾੜੀ ਹੈ ਬਰੇਤੀ ਵਾਲੀ ਇੱਥੇ ਪਹੁੰਚੇ ਹੋਏ ਹਾਂ। ਸੋ ਇਹ 2021 ਨੂੰ ਅਲਵਿਦਾ ਕਹਿਣ ਜਾ ਰਹੇ ਹਾਂ ਅਤੇ 2022 ਨੂੰ ਜੀ ਆਇਆਂ ਕਹਿਣਾ ਹੈ। ਸੋ ਇਸ ਸੰਬੰਧ ਦੇ ਵਿੱਚ ਅੱਜ ਇੱਥੇ ਕੀ ਹੋ ਰਿਹਾ ਹੈ, ਲੰਗਰ ਵੀ ਲਗਾਇਆ ਗਿਆ ਹੈ ਅਤੇ ਜੋ ਜੋ ਇੱਥੇ ਗਤੀਵਿਧੀਆਂ ਹੋ ਰਹੀਆਂ ਨੇ ਉਹ ਦੇਖਣ ਲਈ ਸਾਡੇ ਚੈਨਲ ਦੇ ਨਾਲ ਬਣੇ ਰਹੋ। ਸੋ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਬਰੇਤੀ ਵਾਲੀ ਮਾੜੀ ਤੇ ਜੋ ਬਾਬਾ ਜੀ ਨੇ ਉਹਨਾਂ ਦੇ ਨਾਲ। ਹਾਂਜੀ ਬਾਬਾ ਜੀ। ਹਾਂਜੀ ਹਾਂਜੀ ਮਹਾਰਾਜ, ਇਹ ਨਵੇਂ ਸਾਲ ਕੇ ਉਪਲਕਸ਼ ਮੇ ਬਾਬੇ ਕਾ ਚੌਕੀ ਗੁਣਗਾਨ ਕਰਾਇਆ ਜਾ ਰਿਹਾ ਹੈ, ਲੋਕੋ ਕੇ ਲੀਏ ਸੁੱਖ ਸ਼ਾਂਤੀ ਰਹੇ, ਅੱਛਾ 2022 ਬੀਤੇ, ਇਸ ਲਈ ਸਭ ਲੋਕੋ ਕੇ ਸਹਿਯੋਗ ਤੇ ਮਿਲ ਜੁਲ ਕੇ ਇਹ ਰਾਜ ਜਗ੍ਹਾ ਕਰਾਇਆ ਜਾ ਰਿਹਾ ਹੈ ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਪਹੁੰਚੇ, ਬਾਬੇ ਕੇ ਗੁਣਗਾਨ ਕਾ ਆਨੰਦ ਲੈਂ ਔਰ ਆਪਣਾ ਜੀਵਨ ਸਫਲ ਬਣਾਵੇਂ। ਜੈ ਬਾਬੇ ਦੀ। ਬਾਬਾ ਜੀ ਲੰਗਰ ਵੀ ਲਗਾਇਆ? ਹਾਂਜੀ ਹਾਂ, ਲੰਗਰ ਹੈ ਮਹਾਰਾਜ, ਖੀਰ ਪੂੜੀ ਆਲੂ ਮਟਰ ਪਨੀਰ ਕੀ ਸਬਜ਼ੀ ਹੈ ਔਰ ਗਜਰੇਲਾ ਚਲੇਗਾ, ਚਾਏ ਕਾਫੀ ਦੂਧ ਸਭ ਕੁਛ ਚਲੇਗਾ ਮਹਾਰਾਜ, ਨਾਨ ਸਟਾਪ 12 ਵਜੇ ਰਾਤ ਤੱਕ ਚਲੇਂਗੇ ਪ੍ਰੋਗਰਾਮ ਜੋ ਹੈ। ਸਵਈਏ ਲੋਕ ਹੈ, ਢੋਲੀ ਹੈ, ਦੇਖੋ ਸਾਰੇ ਤੰਗਤ ਆ ਰੱਖੀ ਹੈ, ਪ੍ਰੋਗਰਾਮ ਸ਼ੁਰੂ ਹੋ ਚੁੱਕੇ ਹੈ, ਆਰਤੀ ਹੋ ਗਈ ਹੈ ਔਰ ਸਾਰੇ ਨਗਰੀ ਤੇ ਅਨੁਰੋਧ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਮੈਂ ਪਹੁੰਚ ਕੇ ਯਹਾਂ ਪੇ ਆਵੇਂ ਔਰ ਫਾਇਦਾ ਉਠਾਵੇਂ, ਚੌਕੀ ਕਾ ਲਾਭ ਲੈ। ਜੈ ਬਾਬੇ ਦੀ। ਸੋ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਆਉਣ ਵਾਲਾ ਨਵਾਂ ਸਾਲ ਹੈ? ਆਉਣ ਵਾਲੇ ਨਵਾਂ ਸਾਲ ਸਬਕੇ ਲਈ ਮੰਗਲਕਾਰੀ ਹੋ, ਕਾਮ ਰੋਜ਼ਗਾਰ ਸਬਕਾ ਅੱਛਾ ਚਲੇ, ਬਾਕੀ ਪੜ੍ਹਾਈ ਲਿਖਾਈ ਬੱਚੋ ਕੀ ਸਹੀ ਹੋ, ਕਰੋਨਾ ਵਗੈਰਾ ਤੋਂ ਮੁਕਤੀ ਮਿਲ ਜਾਏ, ਯਹੀ ਕਾਮਨਾ ਹੈ। ਇਸੀ ਕੇ ਲੀ ਇਹ ਸਭ ਯੱਗ ਅਨੁਸ਼ਠਾਨ ਕੀਏ ਜਾ ਰਹੇ ਹੈ ਜਗ੍ਹਾ ਜਗ੍ਹਾ ਪੇ ਔਰ ਸੇਵਾ ਸਹਿਯੋਗ ਕੇ ਮਾਧਿਅਮ ਤੇ ਇਨਕੀ ਆਗੇ ਕੀ ਵੀ ਤਿਆਰੀ ਕੀ ਜਾ ਰਹੀ ਹੈ। ਗਊ ਮਾਤਾ ਕਾ ਇੱਕ ਦੇਖੋ ਮੰਦਿਰ ਵੀ ਬਣ ਰਿਹਾ ਹੈ, ਉਨਮੇ 33 ਕਰੋੜ ਦੇਵੀ ਦੇਵਤਾ ਕਾ ਵਾਸ ਹੈ, ਮੰਦਿਰ ਤਿਆਰ ਹੋ ਗਈ ਹੈ, ਟਾਈਲ ਵਗੈਰਾ ਕਾ ਕਾਮ, ਮੂਰਤੀ ਵਗੈਰਾ ਲੈ ਆਨੀ ਹੈ। ਇਹ ਵੀ ਆਪਾਂ ਨਗਰੀ ਸੇ ਅਪੀਲ ਕਰਤੇ ਹੈ ਕਿ ਉਹ ਵੀ ਇਨਮੇ ਕੁਛ ਸਹਿਯੋਗ ਕਰੇ ਔਰ ਉਨਮੇ 33 ਕਰੋੜ ਦੇਵੀ ਦੇਵਤਾ ਕੇ ਸਾਰੇ ਲਾਭ ਪੁੰਨ ਪ੍ਰਾਪਤ ਕਰੇ। ਬਾਕੀ ਗੁੱਗਾ ਜਹਰ ਪੀਰ ਕਾ ਚਿਰਾਗ ਜੈਕਾਰਾ ਚਲਤੇ ਰਹੇ, ਯਹੀ ਦੁਆ ਕਰਤੇ ਹੈ। ਬੋਲੋ ਜੈ ਬਾਬੇ ਦੀ। ਸੋ ਪੰਡਿਤ ਜੀ ਵੀ ਸਾਡੇ ਨਾਲ ਮੌਜੂਦ ਨੇ, ਆਪਾਂ ਪੰਡਿਤ ਜੀ ਨੂੰ ਪੁੱਛਦੇ ਹਾਂ। ਹਾਂਜੀ ਪੰਡਿਤ ਜੀ, ਨਮਸਕਾਰ ਜੀ। ਨਮਸਕਾਰ ਜੀ। ਜੋ ਨਵਾਂ ਸਾਲ ਚੜ੍ਹ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ?
जो नया साल आया है सबके लिए मंगलकारी हो और सबके लिए शुभकारी हो। परमात्मा से यही दुआ करते हैं कि जो आने वाली बीमारी है, बीमारी से महामारी फैल रही है, लोग त्राही त्राही कर रहे हैं, उनको सुख और शांति के लिए और यज्ञ अनुष्ठान कराए जा रहे हैं, लंगर चलाए जा रहे हैं, भंडारे किए जा रहे हैं, सभी को परमात्मा सुख की कामना की ओर ले चले और अपनी कृपा बनाए परमात्मा, सबको तंदुरुस्ती बख्शे और महामारी से निजात दिलाए। जय बाबे की। You got that.